ਹਾਂਜੀ ਗੁੱਡ ਇਵਨਿੰਗ एवरीवन ਕੁਝ ਇੰਪੋਰਟੈਂਟ ਅਨਾਉਂਸਮੈਂਟ ਹੈ ਜੀ ਸਾਰੇ ਸਬਜੈਕਟਾਂ ਦੀ ਕਿ ਜਿਹੜਾ ਆਪਣੇ ਕੋਲ 3704 ਪੋਸਟਾਂ ਨੇ ਮਾਸਟਰ ਕਾਡਰ ਦੀਆਂ ਜਿਹਦੀ ਅੱਜ ਅਨਸਰ ਕੀ ਆ ਚੁੱਕੀ ਹੈ ਡਿਪਾਰਟਮੈਂਟ ਵੱਲੋਂ ਉਹਦੀ ਕੁਝ ਇੰਪੋਰਟੈਂਟ ਅਨਾਉਂਸਮੈਂਟਸ ਹੈ ਇਹਦੇ ਵਿੱਚ ਇਸ ਵੀਡੀਓ ਦੇ ਵਿੱਚ ਮੈਂ ਸਾਰਾ ਕੁਝ ਕਵਰ ਕਰਨਾ ਹੈ ਕਿ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਜਿਹੜੇ ਪਹਿਲੇ ਹੀ ਤਿਆਰ ਕਰਕੇ ਰੱਖਣੇ ਨੇ ਸਾਰਾ ਕੁਝ A to Z ਇੱਕ ਇੱਕ ਚੀਜ਼ ਦੱਸੂਗਾ ਇੱਕ ਅੱਧੀ ਇੱਕ ਦੀ ਐਗਜ਼ਾਮਪਲ ਲੈ ਕੇ ਮੈਂ ਐਗਜ਼ਾਮਪਲ ਲੈ ਰਹੇ ਹਾਂ ਜੀ ਮੈਥ ਸਬਜੈਕਟ ਦੀ ਠੀਕ ਹੈ ਜੀ ਆਪਾਂ ਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਮੈਥ ਦੇ ਪੋਸਟਾ ਕਿੰਨੀਆਂ ਨੇ ਜੀ ਮੈਥ ਦੀਆਂ ਪੋਸਟਾ 964 ਨੇ ਇਹ ਚੇਂਜ ਹੁੰਦੀ ਆ ਰਹੀਆਂ ਜੀ ਠੀਕ ਹੈ ਜਿਵੇਂ ਇੱਥੇ ਦੇਖੋ ਜਨਰਲ categories ਦੀ 151 ਪੋਸਟਾਂ ਨੇ ਪਹਿਲਾਂ ਬਹੁਤ ਜ਼ਿਆਦਾ ਪੋਸਟਾਂ ਸੀ ਬਾਅਦੋਂ ਐਂਡ ਦੇ ਵਿੱਚ ਜਦੋਂ ਲਾਸਟ ਵਾਲੀ ਮੂਵਮੈਂਟ ਦੇ ਉੱਤੇ ਜਾ ਕੇ 151 ਰਹਿ ਗਈਆਂ ਚਲੋ ਇਹਦਾ ਕੋਈ ਗੱਲ ਨਹੀਂ ਇਹ ਤਾਂ ਆਪਣੀਆਂ ਪੋਸਟਾਂ ਨੇ ਜੀ ਠੀਕ ਹੈ ਚਲੋ ਇਹਦੇ ਬਾਰੇ ਦਾ ਆਪਾਂ ਮੈਂ ਜ਼ਿਆਦਾ ਨਹੀਂ ਡਿਟੇਲ ਚ ਜਾਣਾ ਹੁਣ ਕੁਝ ਗੱਲਾਂ ਦੇਖੋ ਜੀ ਕੀ ਚਾਹੀਦਾ ਹੈ ਪਹਿਲੇ ਨੰਬਰ ਤੇ ਤਾਂ ਦੇਖੋ ਕਿੱਥੇ ਜਾ ਕੇ ਗੜਬੜ ਹੋਣੀ ਹੈ ਸਾਰੀ ਦੀ ਹਾਇ ਤਾਂ ਮੈਰਿਟ ਜਦੋਂ ਆਊਗੀ ਉਸ ਤੋਂ ਬਾਅਦ ਵੀ ਬਹੁਤ ਗੜਬੜ ਹੋਣੀ ਹੈ ਕਿਵੇਂ ਗੜਬੜ ਹੋਣੀ ਹੈ ਪਹਿਲੇ ਨੰਬਰ ਦਾ ਜੀ ਗ੍ਰੈਜੂਏਸ਼ਨ ਦੇ ਵਿੱਚ 45% ਨੰਬਰ ਚਾਹੀਦੇ ਨੇ ਜਿਹੜੇ ਵੀ ਚਲੋ ਇਹ ਵੀ ਹੋ ਜਾਂਦਾ ਸਾਰੇ ਕੋਲ 45% ਹੁੰਦੇ ਨੇ ਤੇ ਰਿਜ਼ਰਵ ਕੈਟਾਗਰੀ ਵਾਲਿਆਂ ਲਈ 40% ਨੰਬਰ ਨੇ ਜੀ ਤੇ ਬੀਐਡ ਕੀਤੀ ਹੋਣੀ ਚਾਹੀਦੀ ਹੈ ਉਹ ਤਾਂ ਸਾਰੇ ਸਬਜੈਕਟ ਦੇ ਵਿੱਚ ਜਿਹੜਾ ਮਰਜੀ ਸਬਜੈਕਟ ਹੈ ਇਹਦੇ 'ਚ ਵੀ ਗੜਬੜ ਹੋਣੀ ਹੈ ਜੀ ਕੁਝ ਬੰਦੇ ਇਸ ਕੰਡੀਸ਼ਨ ਦੇ ਕਾਰਨ ਬਾਹਰ ਆਣਗੇ ਕਿਵੇਂ ਬਾਹਰ ਆਣਗੇ ਜਿਵੇਂ ਜਿਹੜਾ ਐਸਐਸ ਵਾਲਾ ਬੰਦਾ ਠੀਕ ਹੈ ਜਿਵੇਂ ਇਹਨਾਂ ਨੇ ਲਿਖਿਆ ਹੈ ਨਾ ਕਿ ਉਹਨਾਂ ਨੇ ਐਸਐਸ ਜਿਹੜਾ ਸਬਜੈਕਟ ਹੈਗਾ ਉਹ ਇੱਕ ਵਿਸ਼ਾ ਤਾਂ ਪੜਿਆ ਹੋਣਾ ਜ਼ਰੂਰੀ ਹੈ ਉੱਥੇ ਐਜ਼ ਅ ਟੀਚਿੰਗ ਸਬਜੈਕਟ ਹੁਣ ਜਿਵੇਂ ਕੋਈ ਪੰਜਾਬੀ ਵਾਲਾ ਬੰਦਾ ਹੈ ਉਹਨੇ ਪੰਜਾਬੀ ਦਾ ਪੇਪਰ ਭਰਤਾ ਬਟ ਉਹਨੇ ਵਿਸ਼ਾ ਬੀਐਡ ਦੇ ਵਿੱਚ ਦੇਖਣਾ ਮੈਨਾਂ ਕਿ ਬੀਐਡ ਦੇ ਵਿੱਚ ਉਹਨੇ ਪੰਜਾਬੀ ਪੜ੍ਹੀ ਹੋਈ ਸੀ ਬੀਐਡ ਦਾ ਕੀ ਜਿਹੜਾ ਆਪਣੇ ਕੋਲ ਟੀਚਿੰਗ ਸਬਜੈਕਟ ਪੰਜਾਬੀ ਦਾ ਪੜਿਆ ਹੋਇਆ ਸੀ ਜੇ ਤਾਂ ਉਹਨੇ ਪੜਿਆ ਹੋਇਆ ਫਿਰ ਤਾਂ ਉਹ एलिਜੀਬਲ ਹੈ ਨਹੀਂ ਉਹਦੇ ਫਿਰ ਗੜਬੜ ਹੋ ਜਾਣੀ ਉੱਥੇ ਠੀਕ ਹੈ ਜਿਹੜੀ ਉਹ ਇਨਸਪੈਕਸ਼ਨ ਕਮੇਟੀ ਨੇ ਬੈਠਣਾ ਉਹਨਾਂ ਨੇ ਆਹੀ ਚੀਜ਼ਾਂ ਚੈੱਕ ਕਰਨੀਆਂ ਜੀ ਇਹਦੇ ਚ ਗੜਬੜ ਹੁੰਦੀ ਹੈ ਜਿੰਨਾ ਮੇਰਾ ਐਕਸਪੀਰੀਅੰਸ ਕਹਿੰਦਾ ਹੈ ਕਿ ਬਹੁਤ ਜ਼ਿਆਦਾ ਗੜਬੜ ਆਹ ਟਾਪਿਕ ਦੇ ਵਿੱਚ ਵੀ ਹੁੰਦੀ ਹੈ ਕਾਫੀਆਂ ਦੀ ਇਸ ਲਈ ਇਹਨੂੰ ਚੰਗੀ ਤਰ੍ਹਾਂ ਦੇਖ ਕੇ ਵੈਸੇ ਤਾਂ ਪਹਿਲਾਂ ਫਾਰਮ ਦੇਖਣ ਤੇ ਫਾਰਮ ਦੇ ਟਾਈਮ ਦੇਖ ਕੇ ਭਰਨਾ ਚਾਹੀਦਾ ਸੀਗਾ ਫਿਰ ਵੀ ਜਿਹੜੇ ਕੋਈ ਜੇ ਹਜੇ ਜਿਹੜੀ ਮੈਰਿਡ ਆਊਗੀ ਉਹਨੂੰ ਫਾਈਨਲ ਮੈਰਿਡ ਨਾਲ ਸਮਝੀਓ ਚ ਬਹੁਤ ਉੱਪਰ نیچے ਹੋਣਾ ਹੈ ਜੀ ਕੰਮ ਪਹਿਲਾ ਇਹਦੇ ਕਰਕੇ ਉੱਪਰ-ਨੀਚੇ ਕੰਮ ਹੋਣਾ ਹੈ ਠੀਕ ਹੈ ਜੀ ਅੱਗੇ ਦੇਖਦੇ ਹਾਂ ਇੱਕ ਆ ਵੀ ਹੈ ਜੀ ਇੱਥੇ ਦੇਖੋ ਆ ਟੀਟੀ ਦਾ ਟੈਸਟ ਕੁਆਲੀਫਾਈ ਹੋਣਾ ਹੋਣਾ ਚਾਹੀਦਾ ਹੁਣ ਪੰਗਾ ਇਹ ਹੈ ਕੁਛ ਦਾ ਐਵੇਂ ਹੋਇਆ ਹੋਇਆ ਹੈ ਜੀ ਜਿਵੇਂ ਦੇਖੋ ਇੱਕ ਐਸਸੀ ਕੈਟਾਗਰੀ ਦਾ ਪਰਸਨ ਹੈ ਉਹਦੇ ਟੀਟੀ ਦੇ ਵਿੱਚੋਂ 89 ਨੰਬਰ ਨੇ ਆਪਾਂ ਨੂੰ ਪਤਾ ਨਾ ਟੀਟੀ ਚ ਐਸਸੀ ਕੈਟਾਗਰੀ ਵਾਲਾ 89 ਚ ਐਲੀਜੀਬਲ ਹੈ ਹੁਣ ਮੰਨ ਲਓ ਉਹ ਮੈਥ ਦੇ ਵਿੱਚ ਉਹਦੇ 135 ਨੰਬਰ ਆ ਗਏ ਠੀਕ ਹੈ ਜੀ ਤਾਂ ਨੇਚਰਲੀ ਉਹ ਜਨਰਲ ਕੈਟਾਗਰੀ ਚ ਬੈਠਾ ਹੋਣਾ ਹੈ ਬੰਦਾ ਜਿਹੜੀ ਮੈਰਿਡ ਆਊਗੀ ਉਹ ਚ ਜਨਰਲ ਕੈਟਾਗਰੀ ਚ ਹੋਊਗਾ ਬਟ ਉਹ ਜਨਰਲ ਕੈਟਾਗਰੀ ਚ ਕਨਸੀਡਰ ਨਹੀਂ ਹੋ ਸਕਦਾ ਕਿਉਂ ਨਹੀਂ ਕਨਸੀਡਰ ਹੋ ਸਕਦਾ ਕਿਉਂਕਿ ਉਹਦਾ ਜਿਹੜਾ ਟੀਟੀ ਜਿਹੜਾ ਪਾਸ ਕੀਤਾ ਉਹ ਟੀ ਕੈਟਾਗਰੀ ਦਾ سہارا ਲੈ ਕੇ ਕੀਤਾ ਉਸ ਤੋਂ ਬਿਨਾਂ ਤਾਂ ਕੀਤਾ ਨਹੀਂ ਇਟ ਮੀਨਸ ਉਹ ਕੈਟਾਗਰੀ ਦੇ ਵਿੱਚ ਹੀ ਕਨਸੀਡਰ ਹੋਊਗਾ ਉਹ ਐਸਸੀ ਦੇ ਵਿੱਚ ਹੀ ਕਨਸੀਡਰ ਹੋਊਗਾ ਜਰਨਲ 'ਚ ਕਨਸੀਡਰ ਨਹੀਂ ਹੋਣਾ ਇਟ ਮੀਨਸ ਉਹਨੇ ਇੱਥੋਂ ਜਰਨਲ ਤੋਂ ਜੰਪ ਮਾਰਨਾ ਹੈ ਉਹ ਐਸਸੀ 'ਚ ਜਾ ਕੇ ਬੈਠੂਗਾ ਇਟ ਮੀਨਸ ਜਰਨਲ ਦੀ ਇੱਕ ਪੋਸਟ ਵੱਧ ਗਈ ਤੇ ਐਸਸੀ ਵਾਲਿਆਂ ਨੂੰ ਔਖਾ ਹੋ ਜਾਣਾ ਉਹਨਾਂ ਦੀ ਇੱਕ ਪੋਸਟ ਘੱਟ ਗਈ ਕਿਉਂਕਿ ਆ ਜਿਹੜਾ ਐਸਸੀ ਦਾ ਬੱਚਾ ਸੀ ਜਿਹਦੇ ਜ਼ਿਆਦਾ ਨੰਬਰ ਸੀਗੇ ਬਟ ਉਹ ਜਰਨਲ 'ਚ ਸ਼ਿਫਟ ਜਰਨਲ ਤੋਂ ਫੇਰ ਐਸਸੀ ਦੇ ਵਿੱਚ ਆਊਗਾ ਇਸ ਲਈ ਬਹੁਤ ਹੋਛਪੋਛ ਹੋਣਾ ਹੈ ਜੀ ਇਸ ਲਈ ਇਹ ਨਹੀਂ ਸਮਝਣਾ ਕਿ ਪਹਿਲਾ ਰਿਜ਼ਲਟ ਜਿਹੜੀ ਮੈਰਿਡ ਆਈ ਉਹ ਫਾਈਨਲ ਮੈਰਿਡ ਹੈ ਬਹੁਤ ਬੇਟਾ ਕੁਝ ਹੋਣਾ ਜਿਹੜੀ ਪਹਿਲੀ ਮੈਰਿਡ ਆਊਗੀ ਜਦੋਂ ਉਹਨਾਂ ਨੇ ਇਨਸਪੈਕਸ਼ਨ ਲਈ ਬੁਲਾਉਣਾ ਉਹਦੇ ਵਿੱਚ ਬਹੁਤ ਕੁਝ ਚੇਂਜ ਹੋਣਾ ਹੈ ਠੀਕ ਹੈ ਇਹ ਇਨਸਪੈਕਸ਼ਨ ਕਮੇਟੀ ਬਹੁਤ ਕੁਝ ਦੇਖਦੀ ਹੈ ਬਹੁਤ ਬ੍ਰਿਕੀ ਨਾਲ ਦੇਖਦੀ ਹੈ ਅੱਛਾ ਉਸ ਤੋਂ ਬਾਅਦ ਆ ਗਿਆ ਤੁਹਾਨੂੰ ਇਹ ਦੱਸ ਹੀ ਦਿੱਤਾ ਤੁਹਾਨੂੰ ਪਤਾ ਹੀ ਹੈ 150 ਨੰਬਰ ਦਾ ਪੇਪਰ ਹੋਇਆ ਸੀ ਤੇ ਇਹ ਸਿਰਫ ਟੀ ਸਿਰਫ ਮੈਰਿਟ ਦੇ ਜਿਹੜਾ 100 150 ਜਿੰਨੇ ਨੰਬਰ ਆਣਗੇ ਉਹਦੇ ਅਕੋਰਡਿੰਗ ਹੀ ਮੈਰਿਟ ਬੰਨੀ ਹੈ ਟੀਟੀ ਦੇ ਨੰਬਰ ਵਿੱਚ ਕਾਊਂਟ ਨਹੀਂ ਹੋਣੇ ਬਟ ਇਹ ਫਿਰ ਮੈਂ ਕਹਿ ਰਹੇ ਹਾਂ ਜੀ ਟੀਟੀ ਜਿਨੇ ਵੀ ਟੀਟੀ ਦੇ ਪੇਪਰ ਕੁਆਲੀਫਾਈ ਚ ਰਿਜ਼ਰਵੇਸ਼ਨ ਲਿੱਤੀ ਹੈ ਤਾਂ ਰਿਜ਼ਰਵਡ ਕੈਟੇਗਰੀ 'ਚ ਐਲੀਜੀਬਲ ਹੋਊਗਾ ਮੇਰੇ ਅਕੋਰਡਿੰਗ 99.9% ਰਿਜ਼ਰਵ ਕੈਟੇਗਰੀ 'ਚ ਐਲੀਜੀਬਲ ਹੋਣਾ ਚਾਹੀਦਾ ਜੇ ਕਿਸੇ ਹੋਰ ਕੈਟੇਗਰੀ 'ਚ ਉਹ ਸ਼ਿਫਟ ਹੁੰਦਾ ਹੈ ਤਾਂ ਕੋਰਟ ਕੇਸ ਬੰਦ ਹੈ ਜੀ ਮੇਰੇ ਅਕੋਰਡਿੰਗ 댓 ਇਜ਼ ਰੌਂਗ ਕਿਉਂਕਿ ਉਹਨੇ ਰਿਜ਼ਰਵੇਸ਼ਨ ਦਾ ਬੈਨੀਫਿਟ ਲਿੱਤਾ ਹੈ ਜੇ ਉਹ ਟੀਟੀ ਕੁਆਲੀਫਾਈ ਨਾ ਹੁੰਦਾ ਟੀਟੀ ਕੁਆਲੀਫਾਈਡ ਕਿਉਂ ਹੋਇਆ ਜਿਵੇਂ 89 ਨੰਬਰ ਵਾਲਾ ਉਹ ਟੀਟੀ ਕੁਆਲੀਫਾਈਡ ਤਾਂ ਹੋਇਆ ਕਿਉਂਕਿ ਉਹ ਐਸਸੀ ਕੈਟਾਗਰੀ ਦਾ ਸੀਗਾ ਠੀਕ ਹੈ ਜਦੋਂ ਉਹਨੇ ਉੱਚ ਜਾਣਾ ਹੈ ਨੇਚਰਲੀ ਤਾਂ ਉਹ ਐਸਸੀ ਕੈਟਾਗਰੀ ਜੀ ਰਹੂਗਾ ਉਹ ਉਹਦੇ 'ਚ ਨਹੀਂ ਜਾ ਸਕਦਾ ਦੂਸਰੇ 'ਚ ਠੀਕ ਹੈ ਬੇਟਾ ਆਹ ਚੀਜ਼ ਦਾ ਧਿਆਨ ਰੱਖਣਾ ਹੈ ਇਹਦੇ ਜੀ ਹੋਛਪੋਣਾ ਇਹਦੇ ਕਰਕੇ ਸਾਰਾ ਕੁਝ ਠੀਕ ਹੈ ਚਲੋ ਅੱਗੇ ਤੁਹਾਨੂੰ ਆ ਵੀ ਦੱਸ ਦਿੰਨਾ ਜੀ ਜਿਹੜੀ ਪਹਿਲੀ ਸੀਗਾ ਪਹਿਲਾ ਦੇ ਨਹੀਂ ਸੀ 10300 ਰੁਪਏ ਬਹੁਤ ਘੱਟ ਸੀਗਾ ਬਟ ਹੁਣ ਕਿੰਨੇ ਮਿਲਨੇ ਨੇ ਜੀ ਆ ਬਹੁਤ 빅 ਅਮਾਉਂਟ ਹੈ ਬੇਟਾ 34500 ਰੁਪਏ ਮਿਲਨੇ ਨੇ ਜੀ ਜਾਂਦੇ ਹੀ ਲੱਗਦੇ ਸਾਲ ਦੋਨੋਂ ਹਰ ਇੱਕ ਮਹੀਨੇ 34500 ਮਿਲਨੇ ਫੇਰ ਤੁਹਾਡਾ ਕੰਟਰੈਕਟ ਕਿੰਨੇ ਸਾਲ ਦਾ ਹੈ ਮੇਰੇ ਖਿਆਲ ਨਾਲ ਤੁਹਾਡਾ ਕੰਟਰੈਕਟ ਹੁੰਦਾ ਹੈ ਪ੍ਰੋਬੇਸ਼ਨ ਪੀਰੀਅਡ ਹੋਣਾ 2 ਸਾਲ ਦਾ ਤੁਹਾਡੀ ਰੈਗੂਲਰ ਪੋਸਟ ਹੈ ਤੇ ਪ੍ਰੋਬੇਸ਼ਨ ਪੀਰੀਅਡ 3 ਸਾਲ ਦਾ ਸੌਰੀ ਪ੍ਰੋਬੇਸ਼ਨ ਪੀਰੀਅਡ ਤੁਹਾਡਾ 3 ਸਾਲ ਦਾ ਹੈ ਤੁਹਾਨੂੰ 3 ਸਾਲ 34500 ਦਾ ਮਿਲਣਾ ਹੀ ਮਿਲਣਾ ਹੈ ਤੇ ਬਾਕੀ ਜਿਹੜੇ ਭੱਤੇ ਵਗੈਰਾ ਹੋਣਗੇ ਅਲੱਗ ਉਹ ਹਜੇ ਡਿਸਾਈਡ ਨਹੀਂ ਹੋਏ ਉਹਦੇ ਅਕੋਰਡਿੰਗ ਤੁਹਾਨੂੰ ਭੱਤੇ ਵੀ ਮਿਲਣਗੇ ਥੋੜਾ ਬਹੁਤ ਮਤਲਬ ਕਿ ਮਿਨੀਮਮ ਮੰਨ ਕੇ ਚੱਲੋ ਤੁਹਾਨੂੰ 34500 ਮਿਲਣਾ ਹੈ ਜੀ ਦੇਖੋ ਕਿੱਡੀ ਬੜੀ ਅਮਾਉਂਟ ਹੈ ਪਹਿਲਾਂ ਕਿਤੇ ਮਿਲਣੀ ਸੀ 10 300 ਤੀਜਾ ਹਿੱਸਾ ਮਿਲਨੀ ਸੀ ਹੁਣ ਮਿਲਨੀ ਆ 34500 ਬਹੁਤ ਬੜੀ ਅਮਾਉਂਟ ਮਿਲ ਰਹੀ ਹੈ ਬੇਟਾ ਸਟਾਰਟਿੰਗ ਦੇ ਵਿੱਚ ਹੀ ਇੱਕ ਕਿਸਮਤ ਵਾਲਿਆਂ ਨੂੰ ਮਿਲ ਰਹੀ ਹੈ ਜੀ ਅੱਜਕੱਲ ਦੇ ਟਾਈਮ 'ਚ ਕਿਉਂਕਿ ਤੁਹਾਨੂੰ ਪਤਾ ਹੀ ਇੰਨੀ ਤੰਗੀ ਚੱਲਦੀ ਪਈ ਹੈ ਸਰਕਾਰ 34500 ਰੁਪਏ ਦੇ ਰਹੀ ਹੈ ਮਤਲਬ ਕਿ ਜਿਹੜੇ ਨਵੇਂ ਬੰਦੇ ਜੋਬ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਐਟ ਪ੍ਰੈਜ਼ੈਂਟ ਬੈਨੀਫਿਟ ਹੈ ਫਿਊਚਰ ਦੇ ਵਿੱਚ ਉਹਨਾਂ ਨੂੰ ਨੁਕਸਾਨ ਹੈ ਜ਼ਰੂਰ ਇਹ ਸੈਂਟਰ ਦੇ ਪੇ ਪੇ ਸਕੇਲਸ ਬਟ ਐਟ ਪ੍ਰੈਜ਼ੈਂਟ ਉਹਨਾਂ ਨੂੰ ਫਾਇਦਾ ਹੈ ਜੇ ਆਪਾਂ ਓਵਰਆਲ ਲਾ ਕੇ ਚੱਲਾਂਗੇ ਇੱਕੋ ਗੱਲ ਆ ਜਾਣੀ ਹੈ ਸੇਮ ਹੀ ਆ ਜਾਣੀ ਹੈ ਜ਼ਿਆਦਾ ਕੋਈ ਫਰਕ ਨਹੀਂ ਪ ਠੀਕ ਹੈ ਜੀ ਤੇ ਨੈਕਸਟ ਆ ਜਾਂਦਾ ਜੀ ਪਰਬੀਸ਼ਨ ਪੀਰੀਅਡ 3 ਸਾਲ ਦਾ ਮਤਲਬ ਕੀ ਤੁਹਾਨੂੰ 3 ਸਾਲ 34500 ਮਿਲੀ ਜਾਣਾ ਤੇ ਉਮਰ ਹੈ ਜੀ 1 1 2020 ਨੂੰ ਇੰਨੀ ਹੋਣੀ ਜੀ ਦੀ ਬੇਟਾ 37 ਸਾਲ ਤੋਂ ਉੱਪਰ ਦਾ ਨਹੀਂ ਹੋਣਾ ਜੀ ਦਾ ਇਹਦੇ ਚ ਫਿਰ ਬਹੁਤ ਲੋਕੀ ਬਾਹਰ ਨਿਕਲਣਗੇ ਕੋਈ ਜਣਾ ਨੇ ਅਪਲਾਈ ਕਰਤਾ ਬਟ ਉਹਦੀ ਉਮਰ 37 ਸਾਲ ਤੋਂ ਉੱਪਰ ਦੀ ਸੀ ਉਹ ਗਿਆ ਜੀ ਠੀਕ ਹੈ ਬਟ ਇਹ ਜ਼ਰੂਰ ਹੈ ਜਿਹੜੇ ਉਹਨਾਂ ਲਈ ਹੈਗੀ ਹੈ ਐਸ ਸੀ ਬੀ ਸੀ ਕੈਟਾਗਰੀ ਲਈ 42 ਸਾਲ ਉਨ ਫਿਰ ਜੇ ਉਹ ਬੰਦੇ ਨੇ ਏਜ ਦਾ ਹੁਣ ਦੇਖੋ ਇੱਥੇ ਇੱਕ ਹੋਰ ਪੁਆਇੰਟ ਹੈ ਜੇ ਬੰਦੇ ਨੇ ਉਹਨੇ ਏਜ ਦਾ ਬੈਨੀਫਿਟ ਲੈ ਲਿਆ ਠੀਕ ਹੈ 500 ਜੇ ਉਹ ਮਦਲੋ ਬੰਦਾ ਗਿਆ ਲਈ 41 ਸਾਲ ਦਾ ਤਾਂ ਨੈਚੁਰਲੀ ਉਹਨੇ ਏਜ ਦਾ ਬੈਨੀਫਿਟ ਲਿੱਤਾ ਹੋਣਾ ਤਾਂ ਨੈਚੁਰਲੀ ਉਹ ਐਸਸੀ ਕੈਟਾਗਰੀ ਦਾ ਹੋਊਗਾ ਤਾਂ ਹੀ ਉਹ ਐਸਸੀ ਉਹਦਾ ਏਜ ਦਾ ਬੈਨੀਫਿਟ ਮਿਲੇ ਉਹ ਤਾਂ ਪੱਕਾ ਉਹਨੇ ਐਸਸੀ ਕੈਟਾਗਰੀ ਜੀ ਰਹੂਗਾ ਉਹ ਜਨਰਲ ਕੈਟਾਗਰੀ ਚ ਕਨਸੀਡਰ ਵੀ ਨਹੀਂ ਹੋ ਸਕਦਾ ਚਾਹੇ ਉਹਦੇ 150 ਚ 150 ਨੰਬਰ ਹੀ ਕਿਉਂ ਨਾ ਹੋਵੇ ਤਦ ਵੀ ਉਹਨੇ ਜਰਨਲ ਕੈਟੇਗਰੀ 'ਚ ਨਹੀਂ ਬੈਠ ਸਕਦਾ ਕਿਉਂ ਕਿ ਉਹਨੇ ਏਜ ਦਾ ਬੇਨੀਫਿਟ ਉਹਨੇ ਕੈਟੇਗਰੀ ਦਾ ਬੇਨੀਫਿਟ ਲੈਂਦਾ ਹੈ ਜੀ ਤਾਂ ਕੈਟੇਗਰੀ 'ਚ ਹੀ ਬੈਠੂਗਾ ਦੂਜੇ 'ਚ ਤਾਂ ਜਾ ਹੀ ਨਹੀਂ ਸਕਦਾ ਬਿਟਾ ਆ ਚੀਜ਼ ਨਹੀਂ ਹੋੱਚ-ਪੋੱਚ ਕਰਨਾ ਸਾਰਾ ਕੰਮ ਐਮੀ ਜਿਹੜਾ ਕਈ ਟੀਚਰਾਂ ਨੇ ਵੀ ਜਿਹੜੇ ਐਟ ਪ੍ਰੈਜ਼ੈਂਟ ਟੀਚਰ ਨੇ ਉਹਨਾਂ ਨੇ ਵੀ ਅਪਲਾਈ ਕੀਤਾ ਹੋਇਆ ਹੈ ਜਿਹੜੇ ਐਡਿਟ ਪੋਸਟਾਂ ਦੇ ਟੀਚਰਜ਼ ਨੇ ਉਹਨਾਂ ਨੇ ਵੀ ਅਪਲਾਈ ਕੀਤਾ ਹੋਇਆ ਹੈ ਦੇਰਫੋਰ ਜਿਹੜੇ ਵੀ ਗਵਰਨਮੈਂਟ ਜੌਬ ਦੇ ਵਿੱਚ ਟੀਚਰ ਨੇ ਜਾਂ ਨਵੋਦੇ ਵਿਦਾਲਿਆ 'ਚ ਲੱਗੇ ਹੋਏ ਨੇ ਜਿਹੜੇ ਸੈਂਟਰ ਦੇ ਸਕੂਲਜ਼ ਕੇਂਦਰ ਵਿਦਾਲੇ ਚ ਲੱਗੇ ਹੋਏ ਨੇ ਉਹਨਾਂ ਨੇ ਵੀ ਅਪਲਾਈ ਕੀਤਾ ਹੈ ਉਹਨਾਂ ਲਈ ਉਹਨਾਂ ਲਈ ਉਮਰ ਹੈਗੀ 45 ਸਾਲ ਇੱਚ ਬਹੁਤ ਘੱਟ ਉਹ ਹੋਊਗਾ ਹੌਚ-ਪੋਚਾ ਵਾਲਾ ਕੰਮ ਠੀਕ ਹੈ ਇੱਕ ਆ ਗੱਲ ਦੱਸਣੀ ਸੀ ਮੈਂ ਨੈਕਸਟ ਤੇ ਆ ਇਹਦੇ ਲਈ ਵੀ 42 ইয়ার্স ਹੈ ਤੇ ਹੈਂਡੀਕੈਪ ਲਈ 10 ਸਾਲ ਦੀ ਛੂਟ ਹੈਗੀ ਹੈ ਸਾਬਕਾ ਫੌਜੀ ਤੇ ਇਹਦਾ ਵੀ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਕਿੰਨੀ ਫੀਸ ਸੀਗੀ ਇਹਦੇ ਬਾਰੇ ਵੀ ਪਤਾ ਤੁਹਾਨੂੰ ਠੀਕ ਹੈ ਜੀ ਇਹਦਾ ਇਹਦੇ ਬਾਰੇ ਮੈਂ ਕੁਝ ਨਹੀਂ ਦੱਸਣਾ ਤੇ ਤੁਸੀਂ ਇੱਕ ਧਿਆਨ ਰੱਖਣਾ ਜਿਨ੍ਹਾਂ ਨੇ ਵੀ ਕੈਟਾਗਰੀ ਦੇ ਵਿੱਚ ਅਪਲਾਈ ਕੀਤਾ ਹੈ ਬੇਟਾ ਉਹ ਕੈਟਾਗਰੀ ਦਾ ਪ੍ਰੂਫ ਜਰੂਰ ਹੋਣਾ ਚਾਹੀਦਾ ਬਣਾ ਲਓ ਜੀ ਜਿਨੇ ਕੈਟਾਗਰੀ ਦਾ ਪ੍ਰੂਫ ਕੈਟਾਗਰੀ ਦਾ ਪ੍ਰੂਫ ਨਹੀਂ ਹੈ ਤਾਂ ਬਣਾ ਲਓ ਤੇ ਨਾਲ ਦੇ ਨਾਲ ਇੱਕ ਡੋਮਿਸਾਈਲ ਵੀ ਬਣਾ ਲਓ ਜੀ ਜਿਨ੍ਹਾਂ ਨੇ ਕੈਟਾਗਰੀ ਦੇ ਅਧੀਨ ਜੌਬ ਲੈਣੀ ਹੈ ਜਨਰਲ ਕੈਟਾਗਰੀ ਨੂੰ ਛੱਡ ਕੇ ਜਨਰਲ ਕੈਟਾਗਰੀ ਨੂੰ ਡੋਮਿਸਾਈਲ ਦੀ ਲੋੜ ਨਹੀਂ ਹੈ ਬਾਕੀ ਸਾਰੇ ਕੈਟਾਗਰੀ ਨੂੰ ਲੋੜ ਹੀ ਲੋੜ ਹੈ ਜੀ ਉਸ ਤੋਂ ਬਿਨਾ ਨਹੀਂ ਚੱਲੂਗਾ ਕਿਉਂਕਿ ਉਹਨਾਂ ਦੀ ਕੰਡੀਸ਼ਨ ਹੀ ਇਹ ਹੈ ਜੇ ਉਹ ਪੰਜਾਬ ਰਾਜ ਦਾ ਵਸਨੀਕ ਹੋਣਾ ਜੀ ਦਾ ਜਿਨ੍ਹਾਂ ਨੇ ਕੈਟਾਗਰੀ ਦਾ ਸਬੂਤ ਤੇ ਕੈਟਾਗਰੀ ਚ ਕੈਟਾਗਰੀ ਚ ਜੌਬ ਲੈਣੀ ਹੈ ਠੀਕ ਹੈ ਤੇ ਇਹਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਚਲੋ ਨੈਕਸਟ ਦੇਖੀਏ ਸੌਰੀ ਇਹ जस्ट ਵੇਟ ਹਾਂਜੀ ਬੇਟਾ ਨੈਕਸਟ ਆnda ਇੱਕ ਇਹਦੇ ਚ ਆ ਪੁਆਇੰਟ ਹੈ ਜੀ ਸਪੋਰਟਸ ਕੈਟਾਗਰੀ ਦਾ ਹੁਣ ਧਿਆਨ ਰੱਖਣਾ ਹੈ ਜਿਹੜੀ ਸਪੋਰਟਸ ਕੈਟਾਗਰੀ ਦੇ ਮੈਰਿਡ ਜਿਹੜੀ ਹੈ ਸਪੋਰਟਸ ਕੈਟਾਗਰੀ ਚ ਸਾਰੇ ਹੀ ਬੰਦੇ ਐਲੀਜੀਬਲ ਹੋਣਗੇ ਸਪੋਰਟਸ ਕੈਟਾਗਰੀ ਚ ਸਾਰੇ ਬੱਚਿਆਂ ਨੂੰ sports category ਜਿਨ੍ਹਾਂ ਨੇ sports category ਚ ਅਪਲਾਈ ਕੀਤਾ ਸਾਰਿਆਂ ਨੂੰ ਬੁਲਾਇਆ ਜਾਣਾ ਉੱਤੇ ਪਹਿਲੀ ਪਹਿਲੀ ਕਾਉਂਸਲਿੰਗ ਚ ਸਾਰਿਆਂ ਨੂੰ ਬੁਲਾਇਆ ਜਾਣਾ ਕਿਉਂ ਹੁਣ ਅਧਿਆਨ ਨੂੰ ਪਤਾ ਨਹੀਂ ਇਹ ਧਿਆਨ ਰੱਖਣਾ ਹੈ sports category ਦੇ ਵਿੱਚ ਕਦੇ ਵੀ ਮੈਰਿਡ ਜਿਵੇਂ ਮੰਨ ਲਓ ਹੁਣ 5 ਪਰਸਨ ਨੇ ਜੀ ਆ 4 ਪਰਸਨ ਨੇ ਚਲੋ ਆਪਾਂ ਦਵਾਤੀ 4 ਪਰਸਨਸ ਨੇ ਆਪ ਆ 4 ਪਰਸਨ ਨੇ ਪਹਿਲੇ ਦੇ 150 ਦੇ ਵਿੱਚੋਂ 140 ਨੰਬਰ ਨੇ ਇਹਦੇ ਬੀ ਨੰਬਰ ਨੇ ਸਾਰੇ ਇਹਦੇ 130 ਨੰਬਰ ਨੇ ਇਹਦੇ 10 ਨੰਬਰੀ ਨੇ ਠੀਕ ਹੈ ਪੇਪਰ ਚ ਆਏ ਬਟ ਇਹਦਾ ਗ੍ਰੇਡੇਸ਼ਨ ਹੈ ਡੀ ਇਹਦਾ ਗ੍ਰੇਡੇਸ਼ਨ ਹੈ ਬੀ ਇਹਦਾ ਗ੍ਰੇਡੇਸ਼ਨ ਹੈ ਏ ਇਹਦਾ ਵੀ ਗ੍ਰੇਡੇਸ਼ਨ ਹੈ ਏ ਤਾਂ ਬੇਟਾ ਇਹ ਧਿਆਨ ਰੱਖਣਾ ਕਿ ਇਹ ਨਹੀਂ ਸੋਚਣਾ ਜਿਹਦੇ ਸਭ ਤੋਂ ਜ਼ਿਆਦਾ ਨੰਬਰ ਨਹੀਂ ਔਰ ਸਪੋਰਟਸ ਕੈਟਾਗਰੀ ਚ ਉਹ ਆਜੂਗਾ ਜੀ ਨਾ ਇਹ ਕੰਮ ਨਹੀਂ ਹੈ ਐਚ ਏ ਗ੍ਰੇਡ ਵਾਲਾ ਪਹਿਲੇ ਨੰਬਰ ਤੇ ਸਿਲੈਕਟ ਹੋਊਗਾ ਮਤਲਬ ਕਿ ਆ ਦੋ ਨੰਬਰ ਦੋਨੋਂ ਪਹਿਲੇ ਨੰਬਰ ਤੇ ਸਿਲੈਕਟ ਹੋਣਗੇ ਇੰਨਾ ਚ ਟਾਈ ਹੋਇਆ ਫਿਰ ਇਹ ਜਿਹੜੇ ਉੱਥੋਂ ਟੀਮ ਆਂਦੀ ਹੁੰਦੀ ਹੈ ਸਪੋਰਟਸ ਡਿਪਾਰਟਮੈਂਟ ਦੀ ਜਿਹੜੇ ਕੀ ਇਹਨਾਂ ਦੇ ਸਰਟੀਫਿਕੇਟ ਦੀ ਗ੍ਰੇਡੇਸ਼ਨ ਚੈੱਕ ਕਰੂਗੀ ਜੇ ਮੰਨ ਲਓ ਦੋਨਾਂ ਨੇ ਨੈਸ਼ਨਲ ਇਹਨਾਂ ਨੇ ਨੈਸ਼ਨਲ ਖੇਲੀ ਹੈ ਇਹਨਾਂ ਨੇ 올림픽 ਖੇੜੀ ਤਾਂ ਇਹ ਪਹਿਲਾ ਐਲੀਜੀਬਲ ਨੇ ਜਿਹੜੇ ਜਿੰਨੀ ਤਗੜੀ ਬੜੀ ਪੋਸਟ ਬੜੀ ਗੇਮ ਖੇਡੀ ਹੋਈ ਤੇ ਬੜੇ ਲੈਵਲ ਤੱਕ ਗੇਮ ਖੇਡੀ ਹੋਈ ਤੇ ਇੰਡੀਵਿਜੂਅਲ ਗੇਮ ਖੇਲੀ ਹੋਈ ਉਹਨੇ ਜਿਆਦਾ ਨੰਬਰ ਹੁੰਦੇ ਨੇ ਮਤਲਬ ਕਿ ਇਹ ਬੰਦੇ ਨੇ ਪਹਿਲਾ ਸਿਲੈਕਟ ਹੋਣਾ ਫਿਰ ਇਹਦੀ ਵਾਰੀ ਆਣੀ ਹੈ ਫਿਰ ਬੀ ਗ੍ਰੇਡ ਵਾਲੇ ਦੀ ਆਣੀ ਹੈ ਫਿਰ ਸੀ ਗ੍ਰੇਡ ਲਈ ਐਂਡ ਆਲਾ ਜਿਹਦੇ ਸਭ ਤੋਂ ਜ਼ਿਆਦਾ ਨੰਬਰ ਸੀ ਉਹ ਪਤਾ ਨਹੀਂ ਕਿ ਆ ਪਤਾ ਹੋਵੇ ਜਾਂ ਨਾ ਆਬਵੀਸ ਸਿਲੈਕਟ ਉਹਦੇ ਚ ਠੀਕ ਹੈ ਬੈਡਾ ਮਤਲਬ ਕਿ ਸਪੋਰਟਸ ਕੈਟੇਗਰੀ ਵਾਲੇ ਲਈ ਖਾਸ ਕਰਕੇ ਐ ਸਪੋਰਟਸ ਕੈਟੇਗਰੀ ਵਾਲੇ ਇਹ ਕਦੇ ਨਾ ਮੰਨੀਓ ਜੀ ਮੇਰੇ ਜਿਆਦਾ ਰੈਂਕ ਆ ਗਿਆ ਤਾਂ ਮੇਰੀ ਤਾਂ ਪੱਕਾ ਵੀ ਹੈ ਉਹ ਪੱਕਾ ਜੋਬ ਵੀ ਹੈ ਨਾ ਸਪੋਰਟਸ ਕੈਟਾਗਰੀ ਚ ਗ੍ਰੇਡੇਸ਼ਨ چاہے ਕਿਸੇ ਦਾ ਇੱਕ ਨੰਬਰ ਹੀ ਹੋਵੇ ਤਦ ਵੀ ਜੇ ਕੋਲ ਗ੍ਰੇਡੇਸ਼ਨ ਹੈ ਗ੍ਰੇਡੇਸ਼ਨ A ਗ੍ਰੇਡ ਦੀ ਹੈ ਤੇ ਇਹ ਸਭ ਤੋਂ ਉੱਪਰ ਬੈਠਾ ਗ੍ਰੇਡੇਸ਼ਨ ਦੇ ਮਾਮਲੇ ਚ ਤਾਂ ਉਹ ਪਹਿਲੇ ਨੰਬਰ ਤੇ ਜੋਬ ਲੈ ਕੇ ਜਾਊਗਾ ਠੀਕ ਹੈ ਜੀ ਤੇ ਐਵੇਂ ਉਹ ਤੁਹਾਨੂੰ ਦੱਸਤਾ ਜੀ ਇਹਦਾ ਹੈਂਡੀਕੈਪ ਕੈਟਾਗਰੀ ਲਈ ਕੀ 40% ਉਹ ਨੀਂ ਚੀਜ਼ ਦਾ ਸਰਟੀਫਿਕੇਟ ਹੋਣਾ ਚਾਹੀਦਾ ਜੀ ਸਿਵਲ ਸਰਜਨ ਤੋਂ ਜੇ 40% ਹੈਂਡੀਕੈਪ ਦਾ ਸਰਟੀਫਿਕੇਟ ਨਹੀਂ ਹੈ ਤਾਂ ਉਹ ਐਲੀਜੀਬਲ ਨਹੀਂ ਹੈ ਇਹਦੇ ਚ ਵੀ ਬਹੁਤ ਉੱਪਰ نیچے ਹੁੰਦਾ ਹੈ ਹੈਂਡੀਕੈਪ ਕੈਟਾਗਰੀ ਚ ਵੀ ਬਹੁਤ ਕੁਝ ਉੱਪਰ نیچے ਹੁੰਦਾ ਬੇਟਾ ਤੇ ਹੋਰ ਮੈਂ ਇਹਦੇ ਚ ਕੁਝ ਨਹੀਂ ਦੱਸਣਾ ਤੇ ਇਹਦੇ ਚ ਕਈ ਵਾਰ ਇਹਦੇ ਚ ਵੀ ਗੜਬੜ ਹੁੰਦੀ ਹੈ ਇਹਦੇ ਕਰਕੇ ਵੀ ਉੱਪਰ نیچے ਹੁੰਦਾ ਹੈ ਕਿ ਉਮੀਦਵਾਰ ਨੇ 10ਵੀਂ ਪਾਸ ਕੀਤੀ ਹੋਣੀ ਜੀ ਦੀ ਹੈ ਕਈ ਵਾਰ 10ਵੀਂ ਪਾਸ ਹੀ ਨਹੀਂ ਹੁੰਦੇ ਠੀਕ ਹੈ ਜੀ ਤੇ ਇੱਥੇ ਦਾ ਲਿਖੀ ਹੋਈ ਹੈ ਜੀ ਇਹਨਾਂ ਨੇ ਸਾਂਝੀ ਮੈਰਿਡ ਬਣਾਈ ਜਾਵੇਗੀ ਬਟ ਤੋਨੂੰ ਪਤਾ ਹੋਵੇ ਮੈਂ ਇੱਕ ਲੈਟਰ ਵੀ ਦਿਖਾਣਾ ਇਸ ਤੋਂ ਬਾਅਦ 33% ਰਿਜ਼ਰਵੇਸ਼ਨ ਫੀਮੇਲ ਲਈ ਹੈ ਜੀ ਤਾਂ ਇਟ ਮੀਨਸ ਕਹਿੰਦਾ ਮਤਲਬ ਹੈ ਫੀਮੇਲ ਬਹੁਤ ਜ਼ਿਆਦਾ ਸਿਲੈਕਟ ਹੋਣੀ ਹੈ ਜੀ ਠੀਕ ਹੈ ਬਹੁਤ ਜ਼ਿਆਦਾ ਫੀਮੇਲ ਸਿਲੈਕਟ ਹੋਣੀ ਹੈ ਮੇਲ ਦੇ ਘੱਟ ਚਾਂਸੇਜ਼ ਨੇ ਫੀਮੇਲ ਦੇ ਬਹੁਤ ਚਾਂਸੇਜ਼ ਨੇ ਠੀਕ ਹੈ ਜੀ ਨੈਕਸਟ ਦੇਖੀਏ ਅ ਮਮ ਹੋਰ ਮੈਂ ਇਹਦੇ ਬਾਰੇ ਕੁਝ ਦੱਸਣਾ ਚਾਹਨਾ ਹਾਂ ਮਮ ਲਓ ਜੀ ਆਮੀਨ ਇਹ ਸਾਰੇ ਜਾਨੇ ਨੋਟ ਕਰ ਲਓ ਧਿਆਨ ਨਾਲ ਜਿੱਦਾ ਵੀ ਕਦੇ ਕੁਝ ਗੜਬੜ ਹੋ ਜਾਈ ਇਹਨੇ ਸਹਾਰਾ ਬੰਨਾ ਇਹਨੇ ਇਹਦੇ ਕਾਰਨ ਬਹੁਤ ਕੁਝ ਹੋਣਾ ਜੀ ਦੇਖੋ ਕੀ ਲਿਖਿਆ ਉਮੀਦਵਾਰ ਦੀ ਵਿਦਿਅਕ ਪ੍ਰੋਫੈਸ਼ਨਲ ਯੋਗਤਾ ਅਪਲਾਈ ਕਰਨ ਦੀ ਆਖਰੀ ਮਿਤੀ ਜਿਸ ਦਿਨ ਆਖਰੀ ਮਿਤੀ ਸੀ ਉਸ ਤੋਂ ਪਹਿਲੇ ਦੀ ਹੋਣੀ ਚਾਹੀਦੀ ਹੈ ਤੇ ਰਿਜ਼ਰਵੇਸ਼ਨ ਦਾ ਲੈਮ ਵਲੈਨ ਵਾਲੇ ਜਿਹੜੇ ਵੀ ਐਸਸੀ ਕੈਟਾਗਰੀ ਨੇ ਸਕ੍ਰੂਟੀ ਦੇ ਸਮੇਂ ਚੈੱਕ ਕਰਨ ਉਪਰਾਂਤ ਮੰਗਲ ਮੰਨਨ ਯੋਗ ਹੋਣਗੇ ਉਸ ਤੋਂ ਬਾਅਦ ਕਿਸੇ ਵੀ ਮਤਲਬ ਕੀ ਬੇਟਾ ਇਹ ਧਿਆਨ ਰੱਖਣਾ ਜਿਸ ਦਿਨ ਆਖਰੀ ਮਿਤੀ ਹੈ ਜੀ ਆਖਰੀ ਮਿਤੀ ਜਿਸ ਦਿਨ ਸੀਗੀ ਮੇਰੇ ਖਿਆਲ ਨਾਲ ਇਹ ਅਕਤੂਬਰ ਚ ਲਾਸਟ ਡੇਟ ਸੀ ਅਕਤੂਬਰ ਜਾਂ ਨਵੰਬਰ ਦੇ ਵਿੱਚ ਅਕਤੂਬਰ ਚ ਸੀ ਸ਼ਾਇਦ ਲਾਸਟ ਡੇਟ ਤੋਂ ਪਹਿਲਾਂ ਸਾਰੀ ਵਿਦਿਅਕ ਯੋਗਤਾ professionl ਯੋਗਤਾ ਤੇ PET TET ਦਾ ਟੈਸਟ ਕੁਆਲੀਫਾਈ ਹੋਇਆ ਹੋਣਾ ਚਾਹੀਦਾ ਜੇ ਉਸ ਤੋਂ ਬਾਅਦ ਦੇ ਕੋਈ ਸਰਟੀਫਿਕੇਟ ਨੇ ਕੋਈ ਵੈਲਿਡ ਨਹੀਂ ਹੈ ਇੱਥੇ ਬਹੁਤ ਜ਼ਿਆਦਾ ਆਬਜੈਕਸ਼ਨ ਹੁੰਦੀ ਹੈ ਇਸ ਦੇ ਕਰਕੇ ਤਾਰ ਕੇ ਬਹੁਤ سارے ਸਟੂਡੈਂਟ ਬਾਹਰ ਨਿਕਲ ਜਾਂਦੇ ਨੇ ਮੈਡਰਿਟ ਦੇ ਵਿੱਚੋਂ ਠੀਕ ਹੈ ਬੇਟਾ ਕਲੀਅਰ ਹੈ ਜੀ ਸਾਰਿਆਂ ਨੂੰ ਤੇ ਇਹ ਤਾਂ ਪਹਿਲਾ ਇਹਦੇ ਬਾਰੇ ਸੀਗਾ ਹੁਣ ਕੁਝ ਇਹ ਦੱਸਦਾ ਮੈਂ ਤੁਹਾਨੂੰ ਇਹ ਤਾਂ ਤੁਹਾਨੂੰ ਦੱਸਿਆ ਹੀ ਹੋਇਆ ਇਹਦੇ ਵਿੱਚ ਕੋਈ ਨਹੀਂ ਹੈ ਨੈਕਸਟ ਤੇ ਪਹਿਲਾਂ ਤਾਂ ਇਹ ਦੱਸਦਾ ਤੁਹਾਨੂੰ ਲਾਸਟ ਡੇਟ ਕਿੰਨੀ ਸੀ ਇਹ ਤਾਂ ਉਹ ਹੀ ਹੈ ਪੁਰਾਣਾ ਇਹ ਤੁਸੀਂ ਲਾਸਟ ਡੇਟ ਆਪਣੀ ਚੈੱਕ ਕਰ ਲੈਣੀ ਹੈ ਆਹ ਦੇਖੋ ਜੀ ਕਾ ਲੈਟਰ ਆਇਆ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਹੈ ਇਹਨਾਂ ਦੇ ਕਾਰਨ ਵੀ ਮੈਰਿਟ ਬਹੁਤ ਉੱਪਰ نیچے ਹੋਣੀ ਹੈ ਬੇਟਾ ਕੀ ਜਿਹੜੇ ਐਜੂਕੇਸ਼ਨਲ ਪ੍ਰੋਵਾਈਡਰ ਵਲੰਟੀਅਰਸ ਨੇ ਜੀ ਉਹਨਾਂ ਨੂੰ ਟੀਟੀ ਦੀ ਟੈਸਟ ਦੀ ਰਿਲੈਕਸੇਸ਼ਨ ਕੀਤੀ ਹੈ ਉਹਨਾਂ ਨੂੰ ਟੀਟੀ ਟੈਸਟ ਜੇ ਨਹੀਂ ਵੀ ਹੈ ਤਦ ਵੀ ਉਹ ਜੋ ਉਹਨਾਂ ਦੇ ਮੈਰਿਟ ਜ਼ਿਆਦਾ ਆਏ ਨੰਬਰ ਜ਼ਿਆਦਾ ਆਉਂਦੇ ਨੇ 150 ਦੇ ਵਿੱਚ ਉਹ ਉੱਪਰ ਜਾ ਕੇ ਬੈਠ ਸਕਦੇ ਨੇ ਥੋੜੇ ਤੋਂ ਮਤਲਬ ਕਿ ਉਹਨਾਂ ਲਈ ਟੀਟੀ ਜ਼ਰੂਰੀ ਨਹੀਂ ਹੈ ਇਹਨਾਂ ਨੂੰ ਰਿਲੈਕਸੇਸ਼ਨ ਦਿੱਤੀ ہوئی ਹੈ ਇਹ ਕਿਹੜੇ ਹੁੰਦੇ ਨੇ ਐਜੂਕੇਸ਼ਨਲ ਪ੍ਰੋਵਾਈਡਰ ਜਿਹੜੇ ਬਹੁਤ ਸਮਾਂ ਹੋ ਗਿਆ ਟੀਚਿੰਗ ਜੌਬ 'ਚ ਕੰਮ ਕਰਦੇ ਹੋਏ ਇਹਨਾਂ ਨੂੰ ਈਵਨ ਏਜ ਰਿਲੈਕਸੇਸ਼ਨ ਵੀ ਹੋਣੀ ਹੈ ਕਿਉਂਕਿ ਟੀਚਿੰਗ ਡਿਪਾਰਟਮੈਂਟ 'ਚ ਹੀ ਬੈਠੇ ਨੇ ਗਵਰਨਮੈਂਟ ਗਵਰਨਮੈਂਟ ਜੌਬ 'ਤੇ ਹੀ ਬੈਠੇ ਨੇ ਠੀਕ ਹੈ ਜੀ ਇਹਨਾਂ ਨੂੰ ਏਜ ਰਿਲੈਕਸੇਸ਼ਨ ਵੀ ਹੈ ਤੇ ਟੀਟੀ ਦੇ ਵਿੱਚ ਵੀ ਰਿਲੈਕਸੇਸ਼ਨ ਹੈ ਨੈਕਸਟ ਤੇ ਇੱਕ ਆ ਗੱਲ ਜਿਹੜੀ ਜ਼ਰੂਰੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਜੇ ਆ ਲੈਟਰ ਨਾਂ ਦਾ 12 ਤਰੀਕ ਨੂੰ ਇਹਨਾਂ ਨੇ ਲੈਟਰ ਘੱਟਦਾ ਜੇ ਲੈਟਰ ਨਾਂ ਦਾ ਤੇ ਪੋਸਟਾਂ ਦੇ ਪੱਕਾ ਸਟੇ ਹੋ ਜਾਣੀ ਸੀ ਹਜੇ ਵੀ ਕੁਝ ਮੰਨਦਾ ਪੱਕੀ ਪਤਾ ਨਹੀਂ ਦੇਖੋ ਇੱਥੇ 33% ਰਿਜ਼ਰਵੇਸ਼ਨ ਆ ਪੋਸਟਾਂ ਦੇ ਉੱਤੇ ਅਪਲਾਈ ਹੋਣੀ ਐ ਜੀ ਤੇ ਨਮੀ სპੋਰਟਸ ਪਾਲਿਸੀ ਵੀ ਅਪਲਾਈ ਹੋਣੀ ਐ ਨਮੀ სპੋਰਟਸ ਪਾਲਿਸੀ ਦੇ ਅਕੋਰਡਿੰਗ ਭਰਤੀ ਹੋਣੀ ਐ ਜੀ ਤੇ ਤੀਜੇ ਨੰਬਰ ਤੇ ਨਿਊ ਪੇ ਸਕੇਲ ਦੇ ਅਕੋਰਡਿੰਗ ਭਰਤੀ ਹੋਣੀ ਆ ਪੁਰਾਣੇ ਪੇ ਸਕੇਲ ਦੇ ਅਕੋਰਡਿੰਗ ਭਰਤੀ ਨਹੀਂ ਹੋਣੀ ਸੈਂਟਰ ਦੇ ਪੀ ਕਮਿਸ਼ਨ ਦੇ ਅਕੋਰਡਿੰਗ ਭਰਤੀ ਹੋਣੀ ਹੈ ਠੀਕ ਹੈ 33% ਊਮਨ ਰਿਜ਼ਰਵੇਸ਼ਨ ਹੈ ਇਹਦੇ ਵਿੱਚ ਆਏ ਠੀਕ ਹੈ ਚਲੋ ਨੈਕਸਟ ਹੁਣ ਮੈਂ ਕੁਝ ਮੇਨ ਜ਼ਰੂਰੀ ਹੈ ਜੀ ਕਿਹੜੇ ਕਿਹੜੇ ਡਾਕੂਮੈਂਟ ਤੁਹਾਨੂੰ ਚਾਹੀਦੇ ਨੇ ਇਹ ਧਿਆਨ ਰੱਖਣਾ ਲੋ ਜੀ ਇੱਕ ਦਾ ਤੁਹਾਡੇ ਕੋਲ ਆ ਚੈਕਲਿਸਟ ਪ੍ਰਵਾਈਜ ਜਾਊਗੀ ਚੈਕਲਿਸਟ ਤਾਂ ਵੈਸੇ ਖੁਦ ਆਪ ਰਣਗੀ ਇਹਦੇ ਚ ਵਿਦਿਅਕ ਯੋਗਤਾਵਾਂ ਜਿਹੜੀ ਲਾਸਟ ਡੇਟ ਦੇਖ ਲਈਓ ਕਿਹੜੀ ਹੈ ਉਸ ਲਾਸਟ ਡੇਟ ਤੱਕ ਮੇਰੇ ਖਿਆਲ ਨਾਲ ਅਕਤੂਬਰ ਲਾਸਟ ਡੇਟ ਹੈ ਅਕਤੂਬਰ 2020 ਤੱਕ ਤੁਹਾਡੇ ਸਾਰੀਆਂ ਵਿਦਿਅਕ ਯੋਗਤਾ ਪੂਰੀਆਂ ਹੋਣੀਆਂ ਚਾਹੀਦੀਆਂ ਇਹਨੂੰ ਜਰੂਰ ਚੈੱਕ ਕਰ ਲਿਓ ਠੀਕ ਹੈ ਜੀ ਦੂਜੇ ਨੰਬਰ ਦੇ ਤੇ ਅਧਿਆਪਕ ਯੋਗਤਾ ਟੈਸਟ ਪਾਸ ਹੋਣਾ ਚਾਹੀਦਾ ਤੁਹਾਡਾ ਸਿਰਫ ਉਹਨਾਂ ਲਈ ਰਿਲੈਕਸੇਸ਼ਨ ਹੈ ਕਿੰਨਾਂ ਲਈ ਵਲੰਟੀਅਰ ਤੇ ਐਜੂਕੇਸ਼ਨਲ ਕੋਆਰਡੀਨੇਟਰ ਲਈ ਇੱਕ ਪੰਜਾਬੀ ਪਾਸ ਹੋਏ ਹੋਣੇ ਚਾਹੀਦੇ ਹੋ ਤੁਸੀਂ ਇਹ ਵੀ ਜ਼ਰੂਰੀ ਹੈ ਤੇ ਹੋਰ ਇਹਦੇ ਜਾਂਦਾ ਚੌਥਾ ਪੁਆਇੰਟ ਜਿਆਦਾ ਕੀ ਉਮੀਦਵਾਰ ਨੇ ਭਾਸ਼ਾ ਵਿਭਾਗ ਤੋਂ ਪੰਜਾਬੀ ਪ੍ਰਬੰਧ ਪ੍ਰਮੋਧ ਪਾਸ ਤਾਂ ਨਹੀਂ ਕੀਤੀ ਹੈ ਇਹਦੀ ਤੁਹਾਡੇ ਲਈ ਕੋਈ ਲੋੜ ਨਹੀਂ ਹੈ ਕੀ ਜਰਨਲ ਕੈਟੇਗਰੀ ਆ ਦੇਖੋ ਜੀ ਜਰਨਲ ਕੈਟੇਗਰੀ ਦੀ ਉਮਰ ਜਿਹੜੀ ਤੁਹਾਨੂੰ ਦੱਸੀ ਹੈ ਉਸ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਮੇਰੇ ਖਿਆਲ ਨਾਲ 37 ਸਾਲ ਦੱਸੀ ਹੈ 37 ਸਾਲ ਤੋਂ ਉੱਪਰ ਦੀ ਨਹੀਂ ਹੋਣੀ ਚਾਹੀਦੀ ਤੋਂ ਪਹਿਲਾਂ ਦੀ ਹੋਣੀ ਜੀ ਦੀ ਹੈ ਇਹ ਜ਼ਰੂਰ ਦੇਖ ਲਿਓ ਐਵੇਂ ਅਨੁਸੂਚਿਤ ਜਾਤੀ ਲਈ 42 ਸਾਲ ਦੀ ਉਮਰ ਉਹ ਨਹੀਂ ਜੀ ਦੀ ਆ ਦੇ ਰਹੇ ਹਾਂ 42 ਸਾਲ ਤੋਂ ਥੱਲੇ ਥੱਲੇ ਲਈ ਉਹਨਾਂ ਨੇ ਕੈਲਕੂਲੇਟ ਕਰਕੇ ਦੇਖਣਾ ਉਹਨਾਂ ਨੇ ਕੈਲਕੂਲੇਟਰ ਨਾਲ ਰੱਖੀ ਬੈਠੇ ਹੋਣਾ ਇਨਸਪੈਕਸ਼ਨ ਕਮੇਟੀ ਨੇ ਫੇਰ ਉਹਨਾਂ ਦੀ ਫਿਰ ਉਹ ਦੇਖ ਲੈਣਾ ਜੇ ਉਹਨਾਂ ਦੀ ਉਮਰ ਉਹਨਾਂ ਦੀ 37 ਸਾਲ ਦੀ ਉਮਰ ਤੋਂ ਵੱਧ ਦੀ ਹੈ ਆ ਦੇਖ ਲੈਣਾ ਇੱਤੇ ਟੁੱਡਾ ਨਹੀਂ ਆਣਾ ਚਾਹੀਦਾ ਕੀ 37 ਸਾਲ ਤੋਂ ਉੱਪਰ ਨਹੀਂ ਹੋਣੀ ਚਹੀਦੀ ਤੇ ਜੇ ਫਰੀडम फाइਟਰ ਕੈਟਾਗਰੀ ਹੈ ਉਹਨਾਂ ਦਾ ਦੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੇ ਨੰਬਰ ਇਹ ਵੀ ਦੇਖ ਲੈਣਾ ਫਰੀडम फाइਟਰ ਕੈਟਾਗਰੀ ਜਿਹੜੇ ਨੇ ਉਹ ਰਿਜ਼ਰਵ ਕੈਟਾਗਰੀ ਚ ਨਹੀਂ ਆਂਦੇ ਉਹਨਾਂ ਦੇ 90 ਤੋਂ ਘੱਟ ਨਹੀਂ ਹਨ ਉਹਨਾਂ ਲਈ ਉਹ ਪੀਏਟੀਟੀ 90 ਤੋਂ ਘੱਟਲਾ ਨਹੀਂ ਚੱਲਣਾ ਬਾਕੀ ਲਈ ਚੱਲਦਾ ਇਹਨਾਂ ਲਈ ਨਹੀਂ ਚੱਲਦਾ ਠੀਕ ਹੈ ਜੀ ਅਗਲਾ ਹੈ ਨੈਕਸਟ ਕੀ ਉਮੀਦਵਾਰ ਵਿਮੁਖਤ ਜਾਤੀ ਨਾਲ ਸੰਬੰਧ ਇਹ ਤੁਹਾਡੇ ਲਈ ਨਹੀਂ ਹੈ ਕੀ ਕੈਟਾਗਰੀ ਦਾ ਲਾਭ ਲੈਣ ਵਾਲਾ ਆ ਦੇਖੋ ਕਿਉਂਕਿ ਤੁਸੀਂ ਜਿਹੜਾ ਜਿਹੜਾ ਬੰਦਾ ਕੈਟਾਗਰੀ ਦਾ ਲਾਭ ਲਊਗਾ ਜੀ ਉਹਨੂੰ ਪੰਜਾਬ ਦਾ ਡੋਲਮੇ ਸੈਲ ਦੇਣਾ ਜ਼ਰੂਰੀ ਹੋ ਜ਼ਰੂਰੀ ਹੈ ਜੀ ਇਹ ਪੱਕਾ ਹੈ ਠੀਕ ਹੈ ਇਹ ਧਿਆਨ ਰੱਖਣਾ ਇੱਥੇ ਆ ਸਕਰੰਟੀ ਜਿਹਦੇ ਉੱਤੇ ਇਨਸਪੈਕਸ਼ਨ ਟੀਮ ਹੋਊਗੀ ਉਹਨਾਂ ਨੇ ਚੈੱਕ ਕਰਨਾ ਹੈ ਤੁਹਾਡਾ ਉਹਨਾਂ ਨੇ ਆ ਭਰਨਾ ਹੈ ਕਾਲਮ ਜੀ ਠੀਕ ਹੈ ਤੁਹਾਨੂੰ ਜਦੋਂ ਤੁਹਾਡਾ ਰਿਜ਼ਲਟ ਆਊਗਾ ਉਦੋਂ ਜਦੋਂ ਜਦੋਂ ਇਨਸਪੈਕਸ਼ਨ ਕਰਾਣੀ ਹੈ ਆਪਣੇ ਡਾਕੂਮੈਂਟ ਦੀ ਉਦੋਂ ਤੁਹਾਡੇ ਵੈਬਸਾਈਟ ਤੇ ਡਾਊਨਲੋਡ ਹੋ ਜੂਗਾ ਇਹ ਡਾਕੂਮੈਂਟ ਠੀਕ ਹੈ ਜੀ ਇੱਕ ਤਾਂ ਇਹ ਪਹਿਲਾਂ ਇਹਦੇ ਅਕੋਰਡਿੰਗ ਤੁਸੀਂ ਆਪਣੇ ਡਾਕੂਮੈਂਟ ਤਿਆਰ ਕਰਕੇ ਰੱਖ ਲਓ ਦੂਸਰਾ ਇੱਕ ਆ ਫਾਰਮ ਵੀ ਭਰਨਾ ਹੋਣਾ ਤੁਸੀ ਠੀਕ ਹੈ ਇਹ ਫਾਰਮ ਦੇ ਵਿੱਚ ਕੀ ਹੈ ਪਹਿਲਾਂ ਸਾਮੀ ਕਿਹੜੀ ਹੈ ਤੁਹਾਨੂੰ ਵਿਸ਼ਾ ਕਿਹੜਾ ਹੈ ਮੈਰਿਡ ਸੰਬੰਧੀ ਰਜਿਸਟ੍ਰੇਸ਼ਨ ਨੰਬਰ ਕੀ ਹੈ ਅਪਲੀਕੇਸ਼ਨ ਨੰਬਰ ਕੀ ਹੈ ਕਿੰਨੇ ਨੰਬਰ ਲਿੱਤੇ ਨੇ ਤੁਸੀਂ ਫੀਸ ਕਿਹੜੇ ਬੈਂਕ ਦੇ ਵਿੱਚ ਕਿੰਨੀ ਫੀਸ ਜਮਾ ਕਰਵਾਈ ਹੈ ਉਹ ਤਾਂ ਸੌਖਾ ਹੀ ਕੰਮ ਹੈ ਤੇ ਬੈਂਕ ਦਾ ਨਾਮ ਲਿਖ ਦੇਣਾ ਇਹ ਵੀ ਸੌਖਾ ਹੀ ਕੰਮ ਹੈ ਆ ਤਾਂ ਸਾਰੇ ਤੁਹਾਡੇ ਜਰਨਲ ਗੱਲ ਹੈ ਇਹਦੇ ਚ ਤਾਂ ਕੁਝ ਨਹੀਂ ਮੇਰਾ ਦੱਸਾਂ ਨਾਲ ਆ ਇਹ ਤਾਂ ਤੁਹਾਨੂੰ ਪਤਾ ਹੀ ਹੋਣਾ ਤੇ ਇਹ ਧਿਆਨ ਰੱਖਿਓ ਜਿਹੜੇ ਕੈਟਾਗਰੀ ਚ ਅਪਲਾਈ ਕੀਤਾ ਉੱਥੇ ਟਿਕ ਕਰਨਾ ਜੇ ਮੰਨ ਲਓ ਤੁਸੀਂ ਜਰਨਲ ਕੈਟਾਗਰੀ ਚ ਅਪਲਾਈ ਕੀਤਾ ਤਾਂ ਜਰਨਲ ਹੀ ਜਿਨੇ ਮੰਨ ਲਓ ਹੈਂਡੀਕੈਪ ਕੈਟਾਗਰੀ ਚ ਅਪਲਾਈ ਕੀਤਾ ਤਾਂ ਫਿਜ਼ੀਕਲੀ ਹੈਂਡੀਕੈਪ ਤਾਂ ਉੱਥੇ ਟਿਕ ਕਰਨਾ ਠੀਕ ਹੈ ਜੀ ਤੇ ਅੱਗੇ ਆ ਗਿਆ ਆ ਤਾਂ ਤੁਹਾਨੂੰ ਪਤਾ ਹੀ ਹੈ ਫਾਦਰ ਨੇਮ ਮਦਰ ਨੇਮ ਆ ਦੇਖੋ ਇੱਥੋਂ ਡੇਟ ਆਫ ਬਰਥ ਹਲਾ ਤੋਂ ਡਾਜੂਗਾ ਡੇਟ ਇਹਨੂੰ ਕੱਟ ਦਿਓ ਤੋ ਡੀ ਤੇ ਉਮਰ ਜਿੰਨੀ ਹੈਗੀ ਉਹ ਭਰੀ ਜਾਊਗੀ ਇੱਥੋਂ ਦੇਖ ਕੇ ਉਹ ਚੈੱਕ ਕਰਨਗੇ ਤੁਹਾਡੇ ਕੈਲਕੂਲੇਟਰ ਨਾਲ ਰੱਖੀ ਬੈਠੇ ਹੋਣਗੇ ਕਿ ਡੇਟ ਸਹੀ ਪਾਈ ਹੈ ਠੀਕ ਹੈ ਜੀ ਆ ਸਾਰਾ ਹੋ ਜਾਊਗਾ ਫੇਰ ਅੱਗੇ ਆਂਦਾ ਤੁਹਾਡਾ ਸੈਕਿੰਡ ਪੇਜ ਆਂਦਾ ਇਹਦਾ ਕੀ ਆ ਦੇਖੋ ਟੀਟੀ ਦੇ ਨੰਬਰ ਇੱਥੋਂ ਦੀ ਚੈੱਕ ਹੋਣਗੇ ਤੁਹਾਡੇ ਇੱਥੋਂ ਦੇਖ ਕੇ ਲਿਖਿਆ ਜਾਊਗਾ ਕਿ ਉਹ ਉਹ ਕੈਟਾਗਰੀ ਨਾਲ ਸੰਬੰਧਿਤ ਸੀਗਾ ਕਿ ਨਹੀਂ ਤੇ ਇੱਥੇ ਤੁਹਾਡਾ ਆ ਦੇਖੋ ਪੋਸਟ ਨਾਲ ਵਿਸ਼ੇ ਜਿੰਨ ਨਾਲ ਤੁਹਾਨੂੰ ਪ੍ਰੋਬਲਮ ਆਣੀ ਹੈ ਤੇ 61 ਡੱਬੇ ਨਾਲ ਪ੍ਰੋਬਲਮ ਆਣੀ ਏ ਕਾ ਰੈਗੂਲਰ ਡਿਸਟੈਂਸ ਮੋਡ ਤੋਂ ਤਾਂ ਨਹੀਂ ਬਾਹਲੇ ਬਸੋਂ ਤੋਂ ਤਾਂ ਨਹੀਂ ਪਾਸ ਕਰੀ ਬੈਠੇ ਬਾਹਲੀ ਸਟੇਟ ਦੀ ਯੂਨੀਵਰਸਿਟੀ ਤੋਂ ਜੇ ਕਿਤੀ ਹੋਈ ਹੈ ਫਿਰ ਬਹੁਤ ਗੜਬੜ ਹੋਣੀ ਹੈ ਤੇ ਬਾਕੀ ਇਹਦੇ 'ਚ ਹੋਰ ਕੁਝ ਨਹੀਂ ਆ ਪੰਗਾ ਪਾਉਗੇ ਜਿਹੜੇ ਪੋਸਟ ਨਾਲ ਸੰਬੰਧਿਤ ਵਿਸ਼ੇ ਪੜੇ ਨੇ ਆ ਪੈਰਾਗ੍ਰਾਫ ਪੰਗਾ ਪਾਊਗਾ ਜੀ ਇੱਕਾ ਅਗਲਾ ਪੈਰਾਗ੍ਰਾਫ ਠੀਕ ਹੈ ਇਹ ਦੋਨੋਂ ਤੇ ਇੱਕਾ ਤੀਜਾ ਜਿੰਨਾਂ ਨਾਲ ਮੈਰਿਟ ਬਹੁਤ ਉੱਪਰ-ਨੀਚੇ ਹੋਣੀ ਹੈ ਜੇ ਠੀਕ ਹੈ ਧਿਆਨ ਨਾਲ ਇਹਨੂੰ ਭਰਿਓ ਤੇ ਪੰਜਾਬੀ ਪਾਸ ਆਲਾ ਵੀ ਕਦੇ ਕਦੇ ਉੱਪਰ نیچے ਕਰ ਦਿੰਦਾ ਆਂਦਾ ਮੈਰਿਡ ਨੂੰ ਠੀਕ ਹੈ ਜੀ ਤੇ ਕੈਟਾਗਰੀ ਵਾਲਿਆਂ ਨੇ ਪੱਕਾ ਡੋਮਿਸਾਈਲ ਬਣਾ ਲਓ ਜੀ ਹੁਣੇ ਬਣਾ ਕੇ ਰੱਖ ਲਓ ਤਾਂ ਵਧੀਆ ਰਹੂਗੇ ਉਸ ਟਾਈਮ ਨਹੀਂ ਤੁਹਾਨੂੰ ਟਾਈਮ ਦੇਣਾ ਉਹਨਾਂ ਨੇ ਅਜੇ ਟਾਈਮ ਹੈਗਾ ਤੁਸੀਂ ਬਣਾ ਕੇ ਰੱਖ ਲਓ ਜੀ ਡੋਮਿਸਾਈਲ ਜਿਨ੍ਹਾਂ ਨੇ ਕੈਟਾਗਰੀ ਦੇ ਅਧੀਨ ਅਪਲਾਈ ਕੀਤਾ ਜਿਹੜੇ ਜਰਨਲ ਕੈਟਾਗਰੀ ਵਾਲੇ ਉਹਨਾਂ ਲਈ ਕੋਈ ਲੋੜ ਨਹੀਂ ਐਵੇਂ ਜਿਹੜੇ ਐਸਸੀ ਕੈਟਾਗਰੀ ਵਾਲੇ ਨੇ ਉਹਨਾਂ ਨੇ ਆ ਡਾਕੂਮੈਂਟ ਜਿਹੜੇ ਜਿਹੜੀ ਕੈਟਾਗਰੀ 'ਚ ਅਪਲਾਈ ਕਰਨਾ ਉਹਦੇ ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਠੀਕ ਹੈ ਜੀ ਅਮੀ ਨੈਕਸਟ ਔਨ ਦਾ ਨੈਕਸਟ ਪੁਆਇੰਟ ਅਮੀ ਬੀ ਸੀ ਕੈਟੇਗਰੀ ਹੈਂਡੀਕੈਪ ਕੈਟੇਗਰੀ ਸੁਤੰਤਰਤਾ ਸੈਨਾਨੀ ਸਾਰੇ ਕੈਟੇਗਰੀ ਵਾਲਾ ਉਹ ਲਿਖ ਦੇਣਾ ਇੱਥੇ ਠੀਕ ਹੈ ਨੈਕਸਟ ਹੁਣ ਆ ਤੁਹਾਡੇ ਡਾਕੂਮੈਂਟ ਉਹਨਾਂ ਨੇ ਜਦੋਂ ਤੁਸੀਂ ਉਹ ਕਰਨੇ ਸੌਰੀ ਲੋ ਮੀਨਾ ਡਾਕੂਮੈਂਟ ਤੁਹਾਡੇ ਚਾਹੀਦੇ ਨੇ ਜੀ ਨਾਲ ਕਿਹੜੇ-ਕਿਹੜੇ ਡਾਕੂਮੈਂਟ ਨੇ ਦੇਖੋ ਇੱਕ ਤਾਂ ਫਾਰਮ ਫਾਰਮ ਦੀ ਕਾਪੀ ਫਾਰਮ ਹੋਣਾ ਚਾਹੀਦਾ ਤੁਹਾਡੇ ਕੋਲ ਇੱਥੇ 2017 ਲਿਖਿਆ ਤੁਸੀਂ 2018 ਉਹ ਲਿਖਣਾ ਆ ਤਾਂ ਉਹੀ ਹੈ ਇਹਨੂੰ ਨਹੀਂ ਦੇਖਣਾ ਤੁਸੀਂ ਇੱਕ ਫਾਰਮ ਦੀ ਕਾਪੀ ਤੇ ਫੀਸ ਦਾ ਸਬੂਤ ਹੋਣਾ ਚਾਹੀਦਾ ਦੋ ਚੀਜ਼ਾਂ ਦਾ ਹੋ ਗਈਆਂ ਤੁਹਾਡੀਆਂ ਠੀਕ ਹੈ ਕੈਟਾਗਰੀ ਦਾ ਸੰਬੰਧੀ ਸਬੂਤ ਇੱਕ ਕੈਟਾਗਰੀ ਦਾ ਸਬੂਤ ਹੋਣਾ ਚਾਹੀਦਾ 10ਵੀਂ ਪਾਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਗ੍ਰੈਜੂਏਸ਼ਨ ਦਾ ਡੀ ਐਮ ਸੀ ਤੇ ਡਿਗਰੀ ਤੁਹਾਡੇ ਕੋਲ ਚਾਹੀਦੀ ਹੈ ਐਵੇਂ ਜੇ ਕੋਈ ਵਾਧੂ ਵਿਸ਼ਾ ਪੜਿਆ ਉਹਦਾ ਸਰਟੀਫਿਕੇਟ ਹੋਣਾ ਚਾਹੀਦਾ ਠੀਕ ਹੈ ਜੀ ਐਵੇਂ ਬੀ ਐਡ ਦਾ B.Ed ਦੀ ਤੁਹਾਡੇ ਕੋਲ D.M.C ਹੋਣੀ ਚਾਹੀਦੀ ਹੈ ਡਿਗਰੀ ਹੋਣੀ ਚਾਹੀਦੀ ਹੈ B.Ed ਦਾ ਜਿਹੜਾ ਵਾਧੂ ਵਿਸ਼ਾ ਪੜਿਆ ਉਹਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ M.A.T.T.2 ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਪੰਜਾਬੀ ਪਾਸ ਦਾ ਸਬੂਤ ਮਤਲਬ ਕਿ 10ਵੀਂ ਦਾ ਸਰਟੀਫਿਕੇਟ ਹੀ ਫੇਦਵਾਲਤੀ ਆ ਗਿਆ ਤੇ ਤੁਹਾਡੇ ਜੇ ਕੈਟਾਗਰੀ ਹੈਗੀ ਤਾਂ ਤੁਹਾਨੂੰ ਡੋਮਿਸਾਈਲ ਵੀ ਚਾਹੀਦਾ ਜੀ ਤੇ SC ਦਾ ਸਰਟੀਫਿਕੇਟ ਜਿਹਨੇ SC ਚ ਅਪਲਾਈ ਕੀਤਾ ਜਿਹੜਾ BC ਚ ਅਪਲਾਈ ਕੀਤਾ BC ਦਾ ਸਰਟੀਫਿਕੇਟ ਜਿਹੜਾ Ex-serviceman ਚ ਕੀਤਾ Ex-serviceman ਦਾ ਸਰਟੀਫਿਕੇਟ ਜਿਹਨੇ ਹੈਂਡੀਕੈਪ ਕੈਟਾਗਰੀ ਚ ਕੀਤਾ ਹੈਂਡੀਕੈਪ ਦਾ ਸੁਵੰਤਤਾ ਦਾ ਸਨਾਨੀ ਚ ਸੁਵੰਤਤਾ ਦਾ ਸਨਾਨੀ ਦਾ ਕਿਹੜਾ ਖਿਡਾਰੀ ਕੋਟੇ ਚ ਖਿਡਾਰੀ ਕੋਟੇ ਦਾ ਜੇ ਕੋਈ ਹੋਰ ਜਿਸ ਚ ਜਿਵੇਂ ਹੁਣ ਜਿਹੜੇ ਵਲੰਟੀਅਰ ਨੇ ਉਹਨਾਂ ਨੇ ਚ ਵੀ ਬਲਣਾ ਹੈ ਕਿ ਅਸੀਂ ਵਲੰਟੀਅਰ ਹੈ ਅਤਾਰ ਕੇ ਸਾਨੂੰ ਇਹਦਾ ਲਾਭ ਮਿਲਦਾ ਪਿਆ ਏਜ ਰਿਲੈਕਸੇਸ਼ਨ ਦਾ ਜਾਂ ਟੀਈਟੀ ਦਾ ਠੀਕ ਹੈ ਜੀ ਤੇ ਤੇ ਉਹਨਾਂ ਨੇ ਤੁਹਾਡੇ ਕੋਲੇ ਜਿੰਨੇ ਵੀ ਡਾਕੂਮੈਂਟਸ ਨੇ ਸਾਰੇ ਈਮੇਲ ਆਈਡੀ ਦੇ ਵੀ ਮੰਗਵਾਣਗੇ ਉਹ ਤੁਹਾਨੂੰ ਦੱਸਣਗੇ ਕਿਹੜਾ ਈਮੇਲ ਆਈਡੀ ਹੈ ਜਿੱਤੇ ਤੁਸੀਂ ਉੱਥੇ ਕਾਉਂਸਲਿੰਗ ਤੋਂ ਆਉਣ ਤੋਂ ਪਹਿਲਾਂ ਮੇਲ ਕੀਤੀ ਹੋਊਗੀ ਇੱਕ ਫੋਲਡਰ ਬਣਾ ਕੇ ਉਹ ਤੁਹਾਨੂੰ ਉੱਥੇ ਆਊਗਾ ਜਦੋਂ ਉੱਚ ਦੱਸਣਗੇ ਉਹ ਠੀਕ ਹੈ ਜੀ ਇਹ ਹੋ ਗਿਆ ਕਲੀਅਰ ਨੈਕਸਟ ਆਂਦਾ ਥੋੜਾ ਆ ਜਸਟ ਵੇਅਰ ਆ ਪਰਫਾਰਮਾ ਇਹ ਹੋ ਗਿਆ ਜੀ ਇਹ ਤਾਂ ਉੱਥੇ ਉਹਨਾਂ ਨੇ ਚੈੱਕ ਕਰਨਾ ਹੈ ਜੀ ਜਦੋਂ ਐਂਡ 'ਚ ਆਹ ਫਾਰਮ ਮੇਨ ਉੱਪਰ ਉਹ ਇਨਸਪੈਕਸ਼ਨ ਟੀਮ ਪਰ ਹੋਊਗੀ ਜੇ ਇਹ ਫਾਰਮ ਦੇ ਵਿੱਚ ਇਨਸਪੈਕਸ਼ਨ ਟੀਮ ਨੇ ਓਕੇ ਕਰਤਾ ਤੇ ਤੁਹਾਡੇ ਨੰਬਰ ਜ਼ਿਆਦਾ ਹੋਏ ਤਾਂ ਤੁਸੀਂ ਪੱਕਾ 101% ਜੌਬ ਲੈ ਸਕਦੇ ਹੋ ਫਿਰ ਤੁਸੀਂ 101% ਜੌਬ ਲਈ ਐਲੀਜੀਬਲ ਹੋ ਠੀਕ ਹੈ ਜੀ ਹਜੇ ਤੁਸੀਂ ਇਹ ਨਾ ਮੰਨ ਕੇ ਚੱਲੋ ਕਿ ਮੇਰੇ ਨੰਬਰ ਵਧੀਆ ਆ ਗਏ ਮੈਂ ਐਲੀਜੀਬਲ ਹਾਂ ਜਦ ਤੱਕ ਤੁਸੀਂ ਆ ਡਾਕੂਮੈਂਟਸ ਵਗੈਰ ਦੇ ਅਕੋਰਡਿੰਗ ਸਹੀ ਨਹੀਂ ਪਾਈ ਜਾਂਦੇ ਕਈ ਐ ਜੇ ਬੱਚੇ ਹੁੰਦੇ ਨੇ ਮੇਰੇ ਨਾਲ ਖੁਦ ਹੋਇਆ ਹੈ ਮੇਰਾ ਮੈਂ ਟਾਪਰ ਸੀ ਬਟ ਉੱਚ ਗੜਬੜ ਹੋ ਗਈ ਡਿਪਾਰਟਮੈਂਟ ਵੱਲੋਂ ਗੜਬੜ ਹੋਈ ਜਾਂ ਮੇਰੇ ਵੱਲੋਂ ਗੜਬੜ ਗਏ ਲੋ ਉਹਦੇ ਕਰਕੇ ਮੈਂ ਟੌਪ ਲਿਸਟ ਤੋਂ ਬਾਹਰ ਹੋ ਗਿਆ ਜਿਹੜਾ ਟਾਪਰ ਬੰਦਾ ਉਹਨੂੰ ਜੋਬ ਹੀ ਨਹੀਂ ਮਿਲੀ ਠੀਕ ਹੈ ਚਲੋ ਮੇਰਾ ਪਰਸਨਲ ਐਕਸਪੀਰੀਅੰਸ ਹੈ ਉਹਨ ਕੀ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਚਲੋ ਆਹ ਦੇਖ ਲਓ ਤਾਂ ਹੀ ਕਹਿੰਨਾ ਆਪਣੇ ਡਾਕੂਮੈਂਟਸ ਰੈਡੀ ਰੱਖ ਲਓ ਉਹਦੇ ਲਈ ਉਹ ਵੀਡੀਓ ਬਣਾ ਰਹੇ ਹਾਂ ਜੀ ਸਪੈਸ਼ਲ ਹੁਣ ਦੇਖੋ ਇੱਕ ਇਹਦੇ ਚ ਆ ਪੰਗਾ ਪਊਗਾ ਜਿਹੜੇ ਬਾਹਰੀ ਯੂਨੀਵਰਸਿਟੀ ਤੋਂ ਬੀਐਡ ਜਾਂ ਕੁਝ ਹੋਰ ਕਰੀ ਬੈਠੇ ਨੇ ਪੰਜਾਬ ਰਾਜ ਤੋਂ ਬਾਹਰ ਦੀ ਯੂਨੀਵਰਸਿਟੀ ਤੋਂ ਡਿਸਟੈਂਸ ਦੇ ਧਰੂ ਕੀਤੀ ਬੈਠੇ ਨੇ ਉਹਨਾਂ ਦਾ ਪੰਗਾ ਵੈਣਾ ਉਹਨਾਂ ਨੇ ਆ ਫਾਰਮ ਭਰਨਾ ਉਹਨਾਂ ਨੂੰ ਬਹੁਤ ਔਖਾ ਹੋ ਜਾਂਦਾ ਹੈ ਉਹਨਾਂ ਦਾ ਜ਼ਿਆਦਾਤਰ ਰਿਜ਼ਲਟ ਰੋਕ ਲੈਂਦੇ ਹੁੰਦੇ ਨੇ ਠੀਕ ਹੈ ਉਹਦੇ ਲਈ ਪਹਿਲਾਂ ਹੀ ਤਿਆਰ ਰਹਿਣਾ ਜੀ ਜਿਨ੍ਹਾਂ ਦਾ ਜਿਹੜੇ ਬਾਹਰਲੀ ਯੂਨੀਵਰਸਿਟੀ ਵਾਲੇ ਨੇ ਜਿਨ੍ਹਾਂ ਦੇ ਨੰਬਰ ਵਧੀਆ ਆਏ ਨੇ ਉਹ ਪਹਿਲਾਂ ਹੀ ਕਿਸੇ ਆਪਣੇ ਵਕੀਲ ਨਾਲ ਗੱਲ ਕਰਕੇ ਦੇਖਿਓ ਕਿਉਂਕਿ ਉਹਨਾਂ ਨੇ ਪੱਕਾ ਰਿਜ਼ਲਟ ਰੁਕਣਾ ਹੈ ਤੁਹਾਡਾ ਆ ਫਾਰਮ ਭਰਵਾਣਗੇ ਸਾਰਿਆਂ ਕੋਲ ਠੀਕ ਹੈ ਜਸੀਮ ਕੀ ਵਿਦਿਅਕ ਯੋਗਤਾਵਾਂ ਦਾ ਸਰਟੀਫਿਕੇਟ ਵਗੈਰਾ ਦਾ ਤੁਹਾਡੇ ਕੋਲ ਫਾਰਮ ਭਰਵਾਨੀ ਇਹ इजीली ਬਸ ਇਹੀ ਹੈ ਮੈਨ ਇਹਨਾਂ ਨੇ ਪੀਸੀਪੀ ਦੇ ਵਿੱਚ ਪੰਗਾ ਪਾਣਗੇ ਜੀ ਇਹ ਨਹੀਂ ਹੁੰਦਾ ਇਹ ਫਾਰਮ ਦੇ ਚਾਰ ਪੇजेस ਨੇ ਤੋਂ ਸਕਰੀਨਸ਼ਾਟ ਲੈ ਲਈਓ ਇਹ ਰੈਗੂਲਰ ਡਿਸਟੈਂਸ ਦਾ ਪੰਗਾ ਪਾਉਂਦੇ ਨੇ ਹਮੇਸ਼ਾ ਕੀ ਹਾਂ ਜੀ ਤੁਸੀਂ ਜੇ ਡਿਸਟੈਂਸ ਐਜੂਕੇਸ਼ਨ ਦੇ ਥਰੂ ਕੀਤੀ ਹੈ ਤੁਸੀਂ ਉੱਤੇ ਕੋਰਸ ਵਰਕ ਵੀ ਜਾ ਕੇ ਕੀਤਾ ਤੁਸੀਂ ਉੱਤੇ ਉਹ ਕਲਾਸਿਸ ਵੀ ਲਗਾਈਆਂ ਕੁਝ ਜਾ ਕੇ ਕਿਉਂਕਿ ਟੈਰੀਟਰੀ ਤੋਂ ਬਾਹਰ ਦੇ ਵਿੱਚ ਡਿਸਟੈਂਸ ਮੋਡ ਅਲਾਉਡ ਨਹੀਂ ਹੈ ਤਾਰ ਕੇ ਆ ਫਾਰਮ ਹੈ ਜੀ ਇਹਨੂੰ ਚੰਗੀ ਤਰ੍ਹਾਂ ਦੇਖ ਲਈਓ ਇੱਕ ਵਾਰੀ ਇਹਦਾ ਪੰਗਾ ਪੈਣਾ ਹੀ ਪੈਣਾ ਜਿਨੇ ਬਾਹਲੀ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ ਬਟ ਜੇ ਨਿਕਲ ਨੂੰ ਤਾਂ ਨਿਕਲ ਜੇ ਬਹੁਤ ਕੁਝ ਨਿਕਲ ਜੇ ਫਸਲ ਨੂੰ ਆ ਜੇ ਦਾ ਇੱਕ ਕੀੜੀ ਵੀ ਫਸ ਜਾਂਦੀ ਹੁੰਦੀ ਹੈ ਚੂਹੀ ਕਹਿ ਲੋ ਜਾਂ ਕੀੜੀ ਆਪਾਂ ਕੀੜੀ ਕਵਾਂਗੇ ਠੀਕ ਹੈ ਜੀ ਦੇਖੋ ਸਮਝ ਆਇਆ ਸਾਰੀ ਕਹਾਣੀ ਕੀ ਸੀਗੀ ਲੋ ਇੰਨੀ ਕਹਾਣੀ ਹੈ ਤੁਸੀਂ ਇਹਨੂੰ ਚੰਗੀ ਤਰ੍ਹਾਂ ਤਿਆਰ ਮਤਲਬ ਕਿ ਕਿਹੜੇ ਕਿਹੜੇ ਜਿਹੜੇ ਡਾਕੂਮੈਂਟਸ ਆਲਾ ਫਾਈਲ ਜਰੂਰ ਧਿਆਨ ਰੱਖਣੀ ਹੈ ਬਾਕੀ ਸਾਰਿਆਂ ਨੂੰ 올 ਦੀ ਬੈਸਟ ਤੇ ਮੈਂ ਇੱਕ ਕੱਲ ਵੀਡੀਓ ਬਣਾਉਂਗਾ ਜਿਦੇ ਚ ਆਪਾਂ ਜਿਹੜੇ ਆਬਜੈਕਸ਼ਨੇਬਲ ਕੁਐਸਚਨਸ ਗਿਹੜੇ ਨੇ ਜਿਹੜੇ ਨੰਬਰ ਤੁਹਾਡੇ 10 ਤੋਂ ਲੈ ਕੇ 15 ਨੰਬਰ ਤੱਕ ਮੈਥ ਦੇ ਪੇਪਰ 'ਚ ਵਧਾ ਸਕਦੇ ਨੇ ਠੀਕ ਆ ਉਹ ਦੱਸੂਗਾ ਜੇ ਤੁਸੀਂ ਆਬਜੈਕਸ਼ਨ ਪਾਣਾ ਚਾਹੋ ਤਾਂ ਪਾ ਸਕਦੇ ਹੋ ਜਿਹੜੇ 5 6 ਨੰਬਰ ਪਿੱਛੇ ਰਹਿੰਦੇ ਨੇ ਉਹਨਾਂ ਲਈ ਹੈ ਠੀਕ ਆ ਬਾਕੀ ਸਾਰਿਆਂ ਨੂੰ 올 ਦੀ ਬੈਸਟ ਤੇ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਠੀਕ ਹੈ ਜੀ ਥੈਂਕ ਯੂ